ਨਮਸਕਾਰ, ਤੁਸੀਂ ਦੇਖ ਰਹੇ ਹੋ ਚੈਨਲ ਇੰਡੀਆ ਕ੍ਰਾਈਮ ਨਿਊਜ਼। ਕਾਦੀਆਂ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਸਬਜ਼ੀ ਦੀਆਂ ਦੁਕਾਨਾਂ ਖੋਲ੍ਹ ਕੇ ਸਬਜ਼ੀ ਵੇਚਣ ਵਾਲਿਆਂ ਉੱਪਰ ਪ੍ਰਸ਼ਾਸਨ ਨੇ ਸ਼ਿਕੰਜਾ ਕੱਸਿਆ ਹੈ। ਇਸ ਮੌਕੇ ਕਾਦੀਆਂ ਮਾਰਕੀਟ ਕਮੇਟੀ ਦੇ ਵਾਈਸ ਚੇਅਰਮੈਨ ਰਣਜੀਤ ਸਿੰਘ ਰਾਏ ਵੱਲੋਂ ਆਪਣੀ ਟੀਮ ਦੇ ਨਾਲ ਵੱਖ ਵੱਖ ਇਲਾਕਿਆਂ ਵਿੱਚ ਜਾ ਕੇ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਖੁੱਲ੍ਹੀਆਂ ਦੁਕਾਨਾਂ ਉੱਪਰ ਕਾਰਵਾਈ ਕੀਤੀ ਗਈ ਅਤੇ ਉਹਨਾਂ ਨੂੰ ਦੁਕਾਨਾਂ ਬੰਦ ਕਰਨ ਦੀ ਹਦਾਇਤ ਦਿੱਤੀ ਗਈ। ਨਾਲ ਹੀ ਉਹਨਾਂ ਕੋਲ ਇੱਕ ਲਿਖਤੀ ਮਾਫ਼ੀਨਾਮਾ ਵੀ ਲਿਆ ਗਿਆ ਅਤੇ ਇੱਕ ਮੌਕਾ ਦੇ ਕੇ ਛੱਡਿਆ ਗਿਆ ਅਤੇ ਹਦਾਇਤ ਕੀਤੀ ਗਈ ਕਿ ਅੱਗੇ ਤੋਂ ਉਹ ਗਲੀਆਂ ਜਾਂ ਘਰ ਘਰ ਜਾ ਕੇ ਸਬਜ਼ੀ ਵੇਚ ਸਕਦੇ ਹਨ, ਪਰ ਇਸ ਤਰ੍ਹਾਂ ਸਬਜ਼ੀਆਂ ਦੁਕਾਨਾਂ ਲਾਉਣਾ ਪ੍ਰਸ਼ਾਸਨ ਦੇ ਹੁਕਮਾਂ ਦੇ ਖਿਲਾਫ਼ ਹੈ। ਕਾਦੀਆਂ ਤੋਂ ਪੱਤਰਕਾਰ ਰਾਜਵੀਰ ਕੌਰ ਦੀ ਖਾਸ ਰਿਪੋਰਟ। ਬੰਦ ਕਰ ਦੋ ਸੌਦਾ ਵੇਚਣਾ, ਸੌਦਾ ਨਹੀਂ ਵੇਚਣਾ, ਬੰਦ ਕਰੋ ਸੌਦਾ ਵੇਚਣਾ। ਬੰਦ ਕਰ ਦੇਣਾ ਪਈ ਜਦੋਂ ਗਲਤੀ ਹੋਈ ਸੀ। ਤੁਹਾਨੂੰ ਪਤਾ ਹੈਗਾ ਸਾਰੇ ਲੋਕ ਫਿਰ ਚਾਰ ਚਾਰ ਵਜੇ ਨਿਕਲਦੇ ਘਰਾਂ 'ਚੋਂ। ਇੱਕ ਸਬਜ਼ੀ ਦੀ ਲਿਸਟ ਲਾਉਣੀ ਆ ਜੋ ਤੁਹਾਡਾ ਰੇਟ ਦੇਗਾ ਰੋਜ਼ ਦਾ। ਤੁਹਾਨੂੰ ਸਰਕਾਰੀ ਲਿਸਟ ਮਿਲੀ ਨਹੀਂ ਤੁਹਾਨੂੰ ਸਵੇਰ ਦੀ? ਅੱਜ ਲਿਸਟ ਕਿੱਥੋਂ ਲੈਣਾ ਜਿਹੜਾ ਤੁਹਾਨੂੰ ਮਿਲਿਆ ਤੁਹਾਨੂੰ ਸਵੇਰੇ? ਕਿਉਂ ਨਹੀਂ ਲਿਸਟ ਮਿਲੀ ਤੁਹਾਨੂੰ? ਕਿੱਥੋਂ ਲਿਆਉਂਦਾ ਸੌਦਾ? ਉਹਨਾਂ ਨੇ ਕਹਾਂ ਬਗਾਦਾ ਦਿਓ, ਜੇ ਕੱਲ੍ਹ ਨੂੰ ਲਿਸਟ ਨਾਲ ਲੱਗੀ ਬਗਾਦਾ ਰੇਟ ਜੇ ਵੱਧ ਲੱਗਾ ਤਾਂ ਫਿਰ ਵੇਚ ਲਿਓ। ਫਿਰ ਹੁਣ ਗੱਡੀ ਅੰਦਰ ਫੜੀ, ਆਪਾਂ ਹੁਣ ਪਰਚਾ ਕਰਕੇ ਆਏ ਉੱਥੇ ਸਬਜ਼ੀ, ਅੱਜ ਕੱਲ੍ਹ ਨੂੰ ਜਾ ਕੇ ਵੇਚ ਲਓ ਥਾਣੇ ਕੋਲ। ਵਰਲੇ ਵਰਲੇ ਕਰਕੇ ਖਿਲਾਰ ਦੇ ਸਾਰੇ ਇੱਕ ਤੁਹਾਡਾ ਬਗਾਦਾ, ਸਵੇਰੇ ਸਬਜ਼ੀ ਦਾ ਲਿਸਟ ਲੱਗਣੀ ਚਾਹੀਦੀ ਉੱਥੇ, ਠੀਕ ਆ? ਆਲੂ ਵੀ ਵੇਚਣਗੇ ਸੇਬ ਕੀ ਰੇਟ ਲਾਏ? ਸੇਬ 120 ਰੁਪਏ। ਕੀ ਰੇਟ ਆਏ? ਡੱਬੇ ਦੀ ਗੱਲ ਰੇਟ ਦਾ ਬੋਲ ਰੇਟ ਹਾਂਜੀ ਭਾਈ, ਜਿਹੜਾ ਤੁਹਾਡੇ ਇਲਾਕੇ ਦੇ ਵਿੱਚ ਲੋਕ ਦੁਕਾਨਾਂ ਲਾ ਕੇ ਜਿਹੜੇ ਸਬਜ਼ੀ ਵੇਚ ਰਹੇ ਆ, ਜਾਇਜ਼ ਆ ਕਿ ਨਜਾਇਜ਼ ਆ? ਹੈ ਤਾਂ ਨਜਾਇਜ਼ ਆ ਜੀ, ਇਹਨਾਂ ਨੂੰ ਮਤਲਬ ਜਿਹੜੇ ਪਾਸ ਇਸ਼ੂ ਕੀਤੇ ਗਏ ਉਹ ਤਾਂ ਕੀਤੇ ਗਏ ਵਟਸਐਪ 'ਤੇ ਇਹਨਾਂ ਨੇ, ਮਤਲਬ ਡਿਲੀਵਰੀ ਲਈ। ਹਾਂਜੀ, ਪਰ ਇੱਦਾਂ ਮਤਲਬ ਬੰਦੇ ਇਕੱਠੇ ਨਹੀਂ ਹੋਣੇ ਚਾਹੀਦੇ, ਮਤਲਬ ਇਹਨਾਂ ਨੂੰ ਕਰਨਾ ਤਾਂ ਨਹੀਂ ਚਾਹੀਦਾ ਵੈਸੇ। ਹਾਂਜੀ, ਇਹਦੇ ਨਾਲ ਮਤਲਬ ਕਰੋਨਾ ਦੀ ਹੋਰ ਪ੍ਰੋਬਲਮ ਮਤਲਬ ਵੱਧ ਸਕਦੀ ਆ। ਹਾਂਜੀ, ਜਿਹੜੀ ਅੱਗੇ ਮਤਲਬ ਚੱਲਦੀ ਆ ਉਹ ਤਾਂ ਮਤਲਬ ਅੱਗੇ ਸੋਸ਼ਲ ਮਤਲਬ ਵਧਣੀ ਸਟਾਰਟ ਹੋ ਜੂਗੀ। ਹਾਂਜੀ ਚੇਅਰਮੈਨ ਸਾਹਿਬ, ਇਹ ਜਿਹੜੇ ਮਤਲਬ ਦੁਕਾਨਾਂ ਲਾ ਕੇ ਸਬਜ਼ੀ ਵੇਚ ਰਹੇ ਆ, ਜਾਇਜ਼ ਆ ਕਿ ਨਜਾਇਜ਼ ਆ? ਜਿਹੜੇ ਆਪਾਂ ਇਹਨਾਂ ਨੂੰ ਪਾਸ ਦਿੱਤੇ, ਡੀਸੀ ਸਾਹਿਬ ਵੱਲੋਂ ਸਾਨੂੰ ਮਨਜ਼ੂਰੀ ਆਈ ਸੀ ਵੀ ਤੁਸੀਂ ਸਬਜ਼ੀ ਵਾਲਿਆਂ ਨੂੰ ਪਾਸ ਦੇ ਸਕਦੇ ਹੋ, ਅਸੀਂ ਮਾਰਕੀਟ ਕਮੇਟੀ ਜੋ ਵੀ ਚੇਅਰਮੈਨ ਆ ਉਹਨਾਂ ਨੇ ਆਪਾਂ ਇਹਨਾਂ ਨੂੰ ਪਾਸ ਪ੍ਰੋਵਾਈਡ ਕੀਤੇ ਆ ਨਾ, ਅਤੇ ਇਸੇ ਕਰਕੇ ਦਿੱਤੇ ਵੀ ਤੁਸੀਂ ਲੋਕਾਂ ਨੂੰ ਨਜਾਇਜ਼ ਰੇਟ 'ਤੇ ਸੌਦਾ ਵੇਚਣਾ। ਜਿੱਦਾਂ ਹੁਣ ਸਵੇਰੇ ਸਾਨੂੰ ਪਤਾ ਲੱਗਾ ਕਾਨੂੰਨ ਕੋਈ ਨਜਾਇਜ਼ ਰੇਟ 'ਤੇ ਵੇਚ ਰਿਹਾ ਸੀ, ਅਸੀਂ ਉੱਥੇ ਬਣਦੀ ਕਾਨੂੰਨੀ ਕਾਰਵਾਈ ਕਰਕੇ ਅਤੇ ਉਹਨੂੰ ਰਾਇਆ ਕਿਤੇ ਇੱਕ ਮੌਕਾ ਦੇ ਕੇ ਉਹਨੂੰ ਛੱਡਤਾ। ਹੁਣ ਦੁਬਾਰਾ ਅਸੀਂ ਸਾਰੀਆਂ ਦੁਕਾਨਾਂ ਚੈੱਕ ਕਰ ਰਹੇ ਹਾਂ ਅਤੇ ਇਸ ਕਰਕੇ ਜੋ ਵੀ ਆ ਇਹਨਾਂ ਨੂੰ ਫੈਸਿਲਿਟੀ ਦੇਵਾਂਗੇ ਵੀ ਆਮ ਲੋਕਾਂ ਨੂੰ ਜੋ ਸਹੀ ਰੇਟ 'ਤੇ ਸੌਦਾ ਦਿੱਤਾ ਜਾਵੇ। ਮਤਲਬ ਇਹਨਾਂ ਨੂੰ ਫੈਸਿਲਿਟੀ ਇਹ ਹੈ ਕਿ ਮਤਲਬ ਘਰ ਘਰ ਜਾ ਕੇ ਜਿਹੜਾ ਸਮਾਨ ਵੇਚ ਸਕਦੇ, ਇੱਦਾਂ ਦੁਕਾਨਾਂ ਨਹੀਂ ਲਾ ਸਕਦੇ? ਆਪਾਂ ਇਹਨਾਂ ਨੂੰ ਮੌਕਾ ਦੇ ਤਾ, ਦੁਕਾਨਾਂ ਅੱਜ ਤੋਂ ਬਾਅਦ ਨਹੀਂ ਲੱਗੇਗੀ, ਠੀਕ ਹੈ? ਘਰ ਘਰ ਜਾ ਕੇ ਹੋਮ ਡਿਲੀਵਰੀ ਕਰਨਗੇ, ਜੇ ਨਹੀਂ ਕਰਨਗੇ ਤਾਂ ਆਪਾਂ ਇਹਨਾਂ ਦੇ ਕੱਲ੍ਹ ਤੋਂ ਪਾਸ ਕਰ। ਇੰਡੀਆ ਕ੍ਰਾਈਮ ਨਿਊਜ਼, ਜ਼ੁਲਮ ਕੇ